ਹਸਨ ਸਰਦਾਰ ਭਾਈ ਸਿੰਘ ਬਹਾਦਰ ਸਾਹਿਬ ਮੁੱਖ ਮੰਤਰੀ ਪੰਜਾਬ ਸਾਡੇ ਅਕਾਲੀ ਦਲ ਦੀਆਂ ਬਹੁਤ ਹੀ ਵੱਡੀਆਂ ਸ਼ਖਸੀਅਤਾਂ ਸਰਦਾਰ ਪੁੰਦਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਪੁੰਦਰ ਸਾਹਿਬ ਸਰਦਾਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਸਰਦਾਰ ਰਾਮੂਵਾਲੀਆ ਸਾਹਿਬ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਜੀ ਕੇ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਹਿੱਤ ਸਾਹਿਬ ਸਰਦਾਰ ਓਂਕਾਰ ਸਿੰਘ ਥਾਪਰ ਸਾਹਿਬ ਔਰ ਸਾਰੀਆਂ ਆਈ ਹੋਈਆਂ ਜੀ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀਆਂ ਸੰਗਤਾਂ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ। ਜਿਹੜਾ ਇਹ ਹਰਿਆਣਾ ਕਮੇਟੀ ਦਾ ਮੁੱਦਾ ਚੱਲਿਆ ਹੈ ਆਪ ਸਾਰੇ ਜਾਣਦੇ ਹਾਂ। ਆਪਾਂ ਸੰਖੇਪ ਅੰਦਰ ਮੈਂ ਇੱਕ ਮਿੰਟ 'ਚ ਗੱਲ ਸਮਾਪਤ ਕਰੂੰਗਾ। ਪਹਿਲੀ ਗੱਲ ਤਾਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਦਿੱਲੀ ਦੀਆਂ ਸੰਗਤਾਂ ਅੱਜ ਬਹੁਤ ਵੱਡੀ ਪੱਧਰ 'ਤੇ ਸਿੰਘ ਸਭਾਵਾਂ ਦੀਆਂ ਜਿਹੜੀ ਨੁਮਾਇੰਦਗੀ ਕਰ ਰਹੇ ਨੇ। ਪ੍ਰਧਾਨ ਸਾਹਿਬ ਸਕੱਤਰ ਸਾਹਿਬ ਦਿੱਲੀ ਦੀਆਂ ਲਗਭਗ 100 ਸਿੰਘ ਸਭਾਵਾਂ ਦੀ ਨੁਮਾਇੰਦਗੀ ਜਿਹੜੀ ਉਹ ਇੱਥੇ ਅੱਜ ਪਹੁੰਚੀ ਆ। ਸਾਰਿਆਂ ਦੇ ਮਨ ਦੇ ਅੰਦਰ ਇਹ ਵਲਵਲਾ ਹੈ ਕਿ ਕਿਸ ਤਰੀਕੇ ਸਾਡੀ ਕੌਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ। ਇਹ ਸ਼੍ਰੋਮਣੀ ਕਮੇਟੀ ਜਿਹੜੀ ਇੱਕ ਇੱਥੇ ਇਤਿਹਾਸਿਕ ਕਮੇਟੀ ਔਰ ਕੁਰਬਾਨੀਆਂ ਤੋਂ ਬਾਅਦ ਜਿਹੜੀ ਕਮੇਟੀ ਹੋਂਦ ਚਾਹੀ ਹੋਵੇ, ਇਹ ਯੂਨੀਫਾਈਡ ਪੰਜਾਬ ਦੀ ਕਮੇਟੀ ਸੀ ਜਿਹਦੇ ਅੰਦਰ ਪਾਕਿਸਤਾਨ ਦਾ ਪੰਜਾਬ ਸੀ ਉਹਦੀ ਵੀ ਕਮੇਟੀ ਇਹੀ ਸੀਗੀ। ਔਰ ਤੁਹਾਨੂੰ ਯਾਦ ਹੋਵੇ ਅਗਰ ਇਹ ਪਾਕਿਸਤਾਨ ਨੇ ਬਹੁਤ ਲੰਬੇ ਸਮੇਂ ਤੱਕ ਇਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕਮੇਟੀ ਦੇ ਅਧੀਨ ਆਪਣੇ ਗੁਰਦੁਆਰਾ ਸਾਹਿਬਾਨਾਂ ਦਾ ਸੰਚਾਲਨ ਕੀਤਾ। ਲੰਬੇ ਸਮੇਂ ਤੋਂ ਬਾਅਦ ਜਦੋਂ ਸਾਡੀ ਕੌਮ ਦੇ ਅੰਦਰ ਇੱਕ ਬਹੁਤ ਹੀ ਕੌਮ ਦਾ ਗਰਾਰ ਜਿਹੜਾ ਇਹ ਦਿੱਲੀ ਦੇ ਅੰਦਰ ਹੀ ਪੈਦਾ ਹੋਇਆ, ਜਿਹਨੂੰ ਹੁਣ ਪਿੱਛੇ ਜੇ ਜਾ ਕੇ ਬਾਦਲ ਸਾਹਿਬ ਨੇ ਉਖਾੜ ਸੁੱਟਿਆ ਹੈ, ਇਸੇ ਨੇ ਜਾ ਕੇ ਉਹ ਪਾਕਿਸਤਾਨ ਦੀ ਕਮੇਟੀ ਬਣਾਉਣ ਦਾ ਵੀ ਕੰਮ ਕੀਤਾ ਸੀ। ਇਹ ਪਾਪ ਮੇਰੇ ਹੱਥੋਂ ਹੀ ਹੋਇਆ ਸੀਗਾ। ਔਰ ਹੁਣ ਹਰਿਆਣੇ ਦੇ ਅੰਦਰ ਵੀ ਜਾ ਕੇ ਉਹਨਾਂ ਨੇ ਇਹੀ ਕੀਤਾ ਹੈ, ਨਾ ਕੇਵਲ ਹਰਿਆਣੇ ਅੰਦਰ, ਇਹ ਜਿੱਥੇ ਜਿੱਥੇ ਗਏ ਨੇ ਇਹ ਸਰਕਾਰ ਦੇ ਇੱਕ ਐਸੇ ਏਜੰਸੀਆਂ ਦੇ ਦਾਅ ਨੇ ਕਿ ਇਹਨਾਂ ਨੇ ਹਰ ਜਾ ਕੇ ਕੌਮ ਦਾ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ ਹੈ, ਸ੍ਰੀ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਇਹ ਤਾਕਤ ਦਾ ਸੁੰਮ ਹੈ ਜਿਸ ਤੋਂ ਅਸੀਂ ਤਾਕਤ ਮਿਲਦੀ ਆ। ਸਾਰੀ ਦੁਨੀਆਂ ਭਰ ਦੇ ਸਿੱਖਾਂ ਦੀ ਇਹੀ ਚਿੰਤਾ ਹੈ ਕਿ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਨੂੰ ਮੰਡਣ ਵਾਲਿਆਂ ਨੂੰ ਕਿਸੇ ਸੂਰਤ ਅੰਦਰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜੇ ਸਾਰੀਆਂ ਸੰਗਤਾਂ ਬਾਦਲ ਸਾਹਿਬ ਆਪ ਦੇ ਇਸ਼ਾਰੇ ਦੇ ਉੱਤੇ ਜਿਵੇਂ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਹੈ, ਅਸੀਂ ਸਾਰੇ ਦਿੱਲੀ ਦੇ ਵਾਸੀ ਜਿਹੜੇ ਆ ਇਹ ਰੇਂਜ ਦੇ ਅੰਦਰ ਜਿੱਥੇ ਸਾਡੀ ਸਾਰੀਆਂ ਸੇਵਾਵਾਂ ਲਵੋਗੇ, ਹਰ ਤਰੀਕੇ ਨਾਲ ਇਹ ਦਿੱਲੀ ਦਾ ਹੰਗ ਭਰੇਗੀ। ਜਿਸ ਤਰੀਕੇ ਤੁਸੀਂ ਆ ਕੇ ਦਿੱਲੀ ਦੇ ਅੰਦਰ ਇਹਨਾਂ ਦੀ ਬਾਹ ਬਣੀ ਸੀ, ਅੱਜ ਸਿੱਖ ਸਾਰੇ ਤੁਹਾਡੇ ਪਿੱਛੇ ਖੜੋਤੇ ਨੇ। ਮੈਂ ਇੰਨੀ ਬੇਨਤੀ ਕਰਦਾ ਹਾਂ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ।